ਕਿਵੇਂ ਦੇਖਦੇ ਹੈਗੇ ਉਹ ਲੱਗਦਾ ਕਿ ਇਹ ਪਹਿਲੀ ਸਰਗਰਮ ਸਿਆਸਤ ਦੀ ਪਾਰੀ ਜਿਹੜੀ ਉਹ ਸ਼ੁਰੂਆਤ ਕਰਨ ਜਾ ਰਹੇ ਉਹ ਗਿੱਦੜਵਾ ਤੋਂ ਜਿੱਥੋਂ ਕਦੇ ਰਾਜਾ ਜੀ ਨੇ ਕੀਤੀ ਸੀ ਕੀ ਲੱਗਦਾ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਗਿੱਦੜਵਾ ਚ ਵਿਚਰਦਿਆਂ ਨੂੰ ਇੱਕ ਉਮਰ ਬੀਤ ਗਈ ਹੈ ਔਰ ਸਦਾ ਗਿੱਦੜਵਾ ਦੇ ਲੋਕਾਂ ਦਾ ਸਾਥ ਰਿਹਾ ਹੈ ਪਰਿਵਾਰ ਹੈ ਮੇਰਾ ਔਰ ਬਹੁਤ ਆਸ਼ੀਰਵਾਦ ਮਹਿਸੂਸ ਕਰ ਰਹੀ ਹੈ ਪਰਮਾਤਮਾ ਦਾ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਕਹਿੰਦੇ ਉਦੋਂ ਤੱਕ ਰਾਸੀ ਪਾਰਟੀਆਂ ਚ ਕੁਝ ਨਹੀਂ ਹੁੰਦਾ ਜਦੋਂ ਤੱਕ ਸਾਹਮਣੇ ਲਿਸਟ ਨਾ ਆ ਜੇ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਟਿਕਟ ਵੇਖੀ ਅਨਾਉਂਸ ਹੋ ਗਿਆ ਨਾਮ ਇੱਕ ਵਾਰ ਤਾਂ ਬਿਲਕੁਲ ਕੁਝ ਵੀ ਰਿਅਲਾਈਜ਼ ਨਹੀਂ ਹੋਇਆ ਨਾ ਜਿਵੇਂ ਬੰਦਾ 2 ਮਿੰਟ ਤੱਕ ਸਿੰਕ ਨਹੀਂ ਨਹੀਂ ਕੀਤੀ ਹੈ ਗੱਲ ਕਿ ਅੱਛਾ ਵਾਕਈ ਰਿਲੀਜ਼ ਕਰਤੀ ਤੇ ਨਾਲ ਦੀ ਨਾਲ ਪਹਿਲੀ ਅਥਾਰਟੀ ਸੀ ਕਿ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੈ ਹੁੰਦਾ ਉਹੀ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕੀਤਾ ਮੇਰੇ ਮਾਲਕ ਦਾ ਕਿ ਇਹ ਸੱਚੇ ਪਾਤਸ਼ਾਹ ਤੁਸੀਂ ਟਿਕਟ ਦਿੱਤੀ ਹੈ ਤੇ ਤੁਸੀਂ ਸਾਰਾ ਕੁਝ ਸਾਂਭਣਾ ਸਭ ਤੋਂ ਪਹਿਲਾ ਰਿਐਕਸ਼ਨ ਇਹੀ ਸੀ ਕਿ ਕਿਤੇ ਉਹ ਪਲ ਯਾਦ ਆਏ ਜਦੋਂ ਰਾਜਾ ਪਹਿਲੀ ਵਾਰੀ ਜਾਂਦਾ ਗਿੱਦੜਵਾ ਹਨਾ ਟਿਕਟ ਲੈ ਕੇ ਤੇ ਤੁਸੀਂ ਵੀ ਨਾਲ ਐਂਟਰੀ ਕਰਦੇ ਹੋ ਗਿੱਦੜਵਾ ਚ ਤੇ ਅੱਜ ਫਿਰ ਜਾ ਰਹੇ ਹੋ ਹਨਾ ਤੁਸੀਂ ਜਾ ਰਹੇ ਹੋ ਜਦੋਂ ਤਿੰਨ ਵਾਰ ਉਹ ਦੋ ਐਮਐਲਏ ਬਣ ਕੇ ਰਹੇ ਸੀ ਕੀ ਉਹ ਕੀ ਮਹਿਸੂਸ ਹੁੰਦਾ ਉਹ ਪਲ ਯਾਦ ਆਉਂਦੇ ਕਦੇ ਗਿੱਦੜਵਾਲੀ ਨਵਾਂ ਸੀਗਾ ਗਿੱਦੜਵਾ ਤੁਹਾਡੇ ਲਈ ਦੇਖੋ ਉਹ ਜਿਹੜਾ ਸਮਾਂ ਸੀ ਨਾ ਉਦੋਂ ਉਦੋਂ ਗਿੱਦੜਵਾ ਇੱਕ ਨਵੀਂ ਜਗ੍ਹਾ ਸੀ ਸਾਡੇ ਵਾਸਤੇ ਲੋਕ ਨਵੇਂ ਸੀ ਅੱਜ ਤਾਂ ਸਾਰਾ ਹੀ ਗਿੱਦੜਵਾ ਬਦਲ ਗਿਆ ਅੱਜ ਦਾ ਤੇ 2012 ਦਾ ਜ਼ਮੀਨ ਆਸਮਾਨ ਦਾ ਅੰਤਰ ਹੈ ਉਦੋਂ ਤੇ ਅੱਜ ਵਿੱਚ ਤਾਂ ਬਹੁਤ ਫਰਕ ਹੈ ਇਹਨਾਂ 12 ਸਾਲਾਂ ਦੇ ਵਿੱਚ 12.5 ਸਾਲਾਂ ਦੇ ਵਿੱਚ ਕਾਫੀ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਸਾਥ-ਸਦਕਾ ਪਰਮਾਤਮਾ ਦੀ ਮਿਹਰ ਸਦਕਾ ਬੜੀ ਮਿਹਨਤ ਕੀਤੀ ਹੈ ਉਦੋਂ ਖੌਫ ਹੋਇਆ ਕਰਦਾ ਸੀ ਅਕਾਲੀਆਂ ਦਾ ਉਦੋਂ ਤਰੱਕੀ ਦੀ ਗੱਲ ਕੋਈ ਨਹੀਂ ਸੀ ਕਰਦਾ ਹੁੰਦਾ ਉਦੋਂ ਗੱਲਾਂ ਹੀ ਹੋਰ ਹੁੰਦੀਆਂ ਸੀ ਅੱਜ 12.5 ਸਾਲਾਂ ਦਾ ਇੱਕ ਲੰਮਾ ਪੈਂਡਾ ਤੈਅ ਕੀਤਾ ਹੈ ਅੱਗੇ ਦਰਬਾਹ ਦੇ ਲੋਕਾਂ ਨੇ ਸਾਡੇ ਨਾਲ ਤੈਅ ਕੀਤਾ ਅਸੀਂ ਇਕੱਲਿਆਂ ਨਹੀਂ ਕੀਤਾ ਅਸੀਂ ਰਲ ਕੇ ਕੀਤਾ ਸਾਰਿਆਂ ਨੇ ਔਰ ਇਸ ਪੈਂਡੇ ਦੇ ਵਿੱਚ ਕੀ ਕੀ ਅਚੀਵਮੈਂਟਸ ਰਹੀਆਂ ਕੀ ਕੀ ਮਿਹਨਤ ਕੀਤੀ ਕੀ ਕੀ ਲੋਕਾਂ ਦੇ ਹੱਕਾਂ ਦੀਆਂ ਲੜਾਈਆਂ ਲੜੀਆਂ ਆਈ ਥਿੰਕ ਅਸੀਂ ਕਾਫੀ ਜੋ ਹੈਗੇ ਆ ਲੋਕ ਸਾਨੂੰ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਹਨ 12.5 ਸਾਲਾਂ ਦੇ ਵਿੱਚ ਉਦੋਂ ਮੈਨੂੰ ਲੱਗਦਾ ਅਣਜਾਣ ਸੀ ਉਹ ਮੁਕਾਬਲਾ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਦੇ ਨਾਮ ਦਾ ਅਨਾਉਂਸ ਡਿੰਪੀ ਢਿੱਲੋਂ ਉਪਰਾਂ ਨੇ ਵਿਰੋਧੀ ਰਹੇ ਨੇ ਹਨਾ ਉਧਰੋਂ ਕਹਿ ਰਹੇ ਨੇ ਕਿ ਬਾਦਲ ਪਰਿਵਾਰ ਤੋਂ ਕੋਈ ਇਹ ਕੀ ਦੇਖਦੇ ਹੋ ਮੁਕਾਬਲਾ ਕਿੰਨ ਨਾਲ ਦੇਖਦੇ ਹੋ ਕਿਸੇ ਨਾਲ ਨਹੀਂ ਦੇਖਦੇ ਬਿਲਕੁਲ ਕਿਸੇ ਨਾਲ ਨਹੀਂ ਦੇਖਦੀ ਕਿਉਂਕਿ ਮੈਂ ਨਾ ਦੇਖੋ ਵਿਰੋਧੀਆਂ ਦਾ ਹੱਕ ਹੈ ਉਹਨਾਂ ਨੇ ਆ ਕੇ ਆਪ ਦਾ ਪ੍ਰਚਾਰ ਵੀ ਕਰਨਾ ਹੈ ਚੋਣ ਡੈਫੀਨਿਟਲੀ ਲੜਨਾ ਹੈ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਕੋਈ ਵੀ ਪਾਰਟੀ ਵਾਲਾ ਚੋਣ ਮੈਦਾਨ ਛੱਡ ਕੇ ਭੱਜੇ ਨਾ ਚੋਣ ਸਾਰੇ ਲੜੋ ਕਿਉਂਕਿ ਹਰ ਪਾਰਟੀ ਦੇ ਨਾਲ ਲੋਕ ਜੁੜੇ ਹੋਏ ਆ ਪਰਿਵਾਰ ਜੁੜੇ ਹੋਏ ਆ ਜਦੋਂ ਕੋਈ ਪਾਰਟੀ ਚੋਣ ਮੈਦਾਨ ਛੱਡ ਕੇ ਭੱਜ ਜਾਂਦੀ ਹੈ ਨਾ ਤਾਂ ਉਹਦੀ ਠੇਸ ਆਮ ਲੋਕਾਂ ਨੂੰ ਵੋਟਰਸ ਨੂੰ ਬਹੁਤ ਲੱਗਦੀ ਹੈ ਔਰ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ ਜਿੱਤਾਂ ਹਾਰਾਂ ਬਣੀਆਂ ਆਈਆਂ ਮੈਂ ਸਭ ਪਾਰਟੀਆਂ ਨੂੰ ਅਕਾਲੀ ਦਲ ਨੂੰ ਖਾਸ ਕਰਕੇ ਮੈਂ ਇਹ ਕਹੂੰਗੀ ਕਿ ਤੁਸੀਂ ਪਲੀਜ਼ ਚੋਣ ਮੈਦਾਨ ਛੱਡ ਕੇ ਭੱਜਿਆ ਜੇ ਨਾ ਔਰ ਕੋਈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੈਂ ਹਮੇਸ਼ਾ ਬਹੁਤ ਫੋਕਸਡ ਰਹੀ ਨਹੀਂ ਔਰ ਮੇਰਾ ਟੀਚਾ ਹੈ ਜੋ ਮੇਰਾ ਟੀਚਾ ਮੇਰੀ ਅੱਖ ਉਸੇ ਤੇ ਟਿਕੀ ਹੋਈ ਹੈ ਵਿਰੋਧੀਆਂ ਨੇ ਤਾਂ ਉਹਦਾ ਕੰਮ ਕਰਨਾ ਹੀ ਹੈ ਕਰੀ ਜਾਂਦੇ ਕੋਈ ਫਰਕ ਨਹੀਂ ਪੈਂਦਾ ਮਨਪ੍ਰੀਤ ਪਾਦਲ ਲੋਕ ਸਭਾ ਵੇਲੇ ਬਠਿੰਡਾ ਚ ਨਾਲ ਰਹੇ ਅੱਜ ਭਾਜਪਾ ਚ ਨੇ ਆ ਕੇ ਲੜ ਰਹੇ ਨੇ ਸਾਹਮਣੇ ਬੜੇ ਸ਼ੁਰੂਆਤ ਦੇ ਵਿੱਚ ਬੜੇ ਇਸ ਤਰ੍ਹਾਂ ਦੇ ਗੱਲਾਂ ਹੋਈਆਂ ਕਿ ਉਹ ਗਿੱਦੜ ਆ ਉਹ ਛੇਰ ਹੈ ਉਹ ਜੀਆਂ ਗੱਲਾਂ ਹਨਾ ਕੀ ਮੰਨਦੇ ਹੈਗਾ ਉਹ ਜੀ ਲੈਂਗੁਏਜ ਪੋਲੀਟੀਕਲ ਚ ਕਿਵੇਂ ਮੰਨਦੇ ਔਰ ਕੀ ਲੱਗਦਾ ਹੈਗਾ ਉਹਨਾਂ ਦਾ ਮੁਕਾਬਲਾ ਕਿੱਤੇ ਜਿਗਾੜਾ ਕੋਈ ਮੁਕਾਬਲਾ ਨਹੀਂ ਜੀ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਮੈਂ ਜ਼ਿਆਦਾ ਇਸ ਚੀਜ਼ ਤੇ ਵੇਰਵਾ ਨਹੀਂ ਦੇਣਾ ਚਾਹੁੰਦੀ ਕਿਉਂਕਿ ਲੋਕ ਬਹੁਤ ਸਿਆਣੇ ਹੈ ਜਦੋਂ ਕੋਈ ਪਰਿਵਾਰ ਦਾ ਬੰਦਾ ਪਰਿਵਾਰ ਨੂੰ ਛੱਡ ਕੇ ਤੇ ਜਾ ਕੇ ਸ਼ਰੀਕ ਨਾਲ ਰਲ ਜਾਂਦਾ ਹੈ ਤੇ ਪਰਿਵਾਰ ਉਹਨੂੰ ਕਿਸ ਤਰ੍ਹਾਂ ਦੇਖਦਾ ਹੈ ਇਹ ਉਸ ਪਰਿਵਾਰ ਨੂੰ ਪੁੱਛ ਕੇ ਵੇਖਿਆ ਜੀ ਤੁਸੀਂ ਦੇਖੋ ਕਿ ਜਿਹੜੀ ਪਾਰਟੀ ਨੇ ਔਰ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਸ਼ੁਰੂ ਤੋਂ ਉਹ ਤਾਂ ਆਪਦੇ ਪਰਿਵਾਰ ਦੇ ਨਹੀਂ ਬਣੇ ਫਿਰ ਇੱਕ ਨਵੀਂ ਪਾਰਟੀ ਬਣਾ ਲਈ ਫਿਰ ਕਾਂਗਰਸ 'ਚ ਆਗੇ ਸਾਢ ਤੋਂ ਕਾਂਗਰਸ ਪਾਰਟੀ ਤੋਂ ਸਭ ਕੁਝ ਲੈ ਲਿਆ ਫਿਰ ਕਾਂਗਰਸ ਛੱਡ ਗਏ ਭਾਜਪਾ 'ਚ ਚਲੇ ਗਏ ਸੋ ਸਭ ਤੋਂ ਉੱਚੀ ਚੀਜ਼ ਜ਼ਿੰਦਗੀ ਦੇ ਵਿੱਚ ਮਿਆਰ ਹੁੰਦੀ ਹੈ ਬੰਦੇ ਦਾ ਜਿਹੜਾ ਬੰਦੇ ਦੀ ਇਨਸਾਨੀਅਤ ਜਿਉਂਦੀ ਜਾਗਦੀ ਰਹਿਣੀ ਚਾਹੀਦੀ ਹੈ ਬੰਦੇ ਦੀਆਂ ਕਦਰਾਂ ਕੀਮਤਾਂ ਜਿਉਣੀਆਂ ਜਿਉਂਦੀਆਂ ਜਾਗਦੀਆਂ ਰਹਿਣੀਆਂ ਚਾਹੀਦੀਆਂ ਤੇ ਕੋਈ ਨਾ ਕੰਮ ਤਾਂ ਚੱਲਦਾ ਹੀ ਰਹਿੰਦੇ ਹੈ ਕੰਮ ਤਾਂ ਕਿਸੇ ਨੇ ਕੋਈ ਕਰਨਾ ਹੈ ਤੇ ਕਿਸੇ ਨੇ ਕੋਈ ਕਰਨਾ ਹੈ ਪਰ ਜਿਸ ਬੰਦੇ ਦਾ ਆਪ ਦਾ ਮਿਆਰ ਡਿੱਗ ਪੈਂਦਾ ਹੈ ਨਾ ਫਿਰ ਮੈਨੂੰ ਲੱਗਦਾ ਉਹ ਲੋਕੋ ਦਾ ਜਵਾਬ ਦੇਣਾ ਜਾਣਦੇ ਹੈ ਡਿੰਪੀ ਢਿੱਲੋ ਕਾਲੀ ਦਾ ਲੈਵਲੋਂ ਲੜੇ ਦੋ ਵਾਰੀ ਉਹ ਰਾਜਾਪੁਰਿੰਗ ਦੇ ਸਾਹਮਣੇ ਅੱਜ ਸਰਕਾਰ ਉਹਨਾਂ ਦੀ ਆਪ ਚ ਨੇ ਉਹਨਾਂ ਨਾਲ ਕਿਸ ਤਰ੍ਹਾਂ ਦੇਖਦੇ ਹੈਗੇ ਉਹ ਡਿੰਪੀ ਢਿੱਲੋ ਨਾਲ ਟੱਕਰ ਨੂੰ ਜਿਹੜਾ ਹੈਗਾ ਕੋਈ ਟੱਕਰ ਨਹੀਂ ਦੇਖਦੀ ਮੈਂ ਬਿਲਕੁਲ ਕੋਈ ਦੇਖੋ ਇੰਨਾ ਅਗਰ ਮੈਂ ਕੋਈ ਟੱਕਰ ਨਹੀਂ ਦੇਖਦੀ ਔਰ ਮੈਨੂੰ ਤਾਂ ਕੋਈ ਚੈਲੰਜ ਨਜ਼ਰ ਨਹੀਂ ਆਉਂਦਾ ساری ਉਮਰ ਮਿਹਨਤ ਕੀਤੀ ਹੈ ਡਟ ਕੇ ਮਿਹਨਤ ਕੀਤੀ ਹੈ ਔਰ ਬੜ ਅੰਥਕ ਮਿਹਨਤ ਕਰਕੇ ਕੰਮ ਕੀਤੇ ਹੈ ਗਿੱਦੜਵਾ ਦਾ ਵਿਕਾਸ ਕੀਤਾ ਹੈ ਗਿੱਦੜਵੇ ਨੂੰ ਇੱਥੋਂ ਚੱਕ ਕੇ ਇੱਥੇ ਲੈ ਕੇ ਆਂਦਾ ਹੈ ਔਰ ਇਹ ਲੋਕ ਜਾਣਦੇ ਆ ਇਸ ਲਈ ਮੇਰਾ ਕਿਸੇ ਵਿਰੋਧੀ ਵੱਲ ਕੋਈ ਧਿਆਨ ਨਹੀਂ ਸਾਰੇ ਆਪੋ ਆਪਣੇ ਘਰੇ ਜਿਉਂਦੇ ਵਾਸਤੇ ਰਹਿਣ ਪਰ ਭਾਈ ਜ਼ਿੰਮੇਵਾਰੀ ਉਹੀ ਸੰਬੰਧ ਦਾ ਹੱਕਦਾਰ ਹੈ ਜਿਹਨੇ ਪਹਿਲਾਂ ਕੰਮ ਕੀਤੇ ਹੈ ਔਰ ਜਿਹਦੇ ਤੋਂ ਲੋਕਾਂ ਨੂੰ ਉਮੀਦ ਹੈ ਕੰਮ ਕਰਾਉਣ ਦੀ ਦੂਜੇ ਬੰਦੇ ਦੀ ਲੋਡ ਨਹੀਂ ਗਈ ਕੋਈ ਨਹੀਂ ਜ਼ੋਰ ਤਾਂ ਹਰੇਕ ਨੇ ਹੀ ਲਾਉਣਾ ਹੈ ਲਾਸਟ ਇੱਕ ਕੁਐਸਚਨ ਕੀ ਆਸਾ ਗਿੱਦੜਵਾ ਦੇ ਲੋਕਾਂ ਤੋਂਰ ਅਪੀਲ ਕੀ ਹੈਗੀ ਗਿੱਦੜਵਾ ਦੇ ਲੋਕਾਂ ਨੂੰ ਕਿ ਇਹ ਦੇਖ ਕੇ ਜਿਹੜੀ ਹੈਗੀ ਉਹ ਵੋਟ ਜਿਹੜੀ ਆਪਦੀ ਕਾਸਟ ਕਰਨ ਮੈਂ ਇੱਕੋ ਹੀ ਅਪੀਲ ਕਰੂੰਗੀ ਕੀ ਸੱਚ ਦੇ ਨਾਲ ਖੜਿਆ ਜੀ ਜਿਹੜੇ ਜਿਹੜੇ ਇਨਸਾਨ ਨੇ ਔਰ ਜਿਸ ਪਰਿਵਾਰ ਨੇ ਪਿਛਲੇ 12.5 ਸਾਲ ਤੋਂ ਗਿੱਦੜ ਬਹਿੇ ਦੇ ਵਿੱਚ ਦਿਨ ਰਾਤ ਇੱਕ ਕੀਤੀ ਹੈ ਔਰ ਮਿਹਨਤ ਕੀਤੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਵਿਡਿੰਗ ਪਰਿਵਾਰ ਨੇ ਗਿੱਦੜ ਬਹਿੇ ਦਾ ਵਿਕਾਸ ਕਰਾਇਆ ਹੈ ਜੇ ਅਸੀਂ ਹਰ ਚੰਗੇ ਮਾੜੇ ਸਮੇਂ ਦੇ ਵਿੱਚ ਗਿੱਦੜ ਬਾਹਰ ਨਾਲ ਖੜਦੇ ਰਹੇ ਹਾਂ ਤਾਂ ਪਲੀਜ਼ ਵੋਟ ਜ਼ਰੂਰ ਪਾਇਆ ਜੇ ਜੇ ਤੁਹਾਨੂੰ ਲੱਗਦਾ ਸੀ ਕੰਮ ਕੀਤੇ ਆ ਇਹੀ ਅਪੀਲ ਹੈ ਸੱਚੀ ਅਪੀਲ ਹੈ